ਇਥੇ ਦਾ ਬੜਾ ਔਖਾ ਟਾਈਮ ਨਿਕਲਣਾ ਬੰਦੇ ਕੰਮਾਂ ਨੂੰ ਨਹੀਂ ਟਾਈਮ ਲੱਗਣਾ ਤੇ ਤੁਸੀਂ ਇਹ ਸ਼ੌਕ ਵੀ ਪੂਰਾ ਕਰਨੇ ਨੂੰ ਲਾ ਦਿੱਤਾ ਜੀ ਇਹ ਗੱਲ ਇਹ ਕਿ ਬਈ ਉਹ ਆਖਣੇ ਹੋਣੇ ਕਿ ਸ਼ੌਕ ਨਾਲ ਮੁੱਲ ਕੋਈ ਨਹੀਂ ਹੈ ਹਾਂ ਜੀ ਠੀਕ ਹੈ ਤਾਂ ਜੇ ਸ਼ੌਕ ਕਰਨਾ ਤਾਂ ਫਿਰ ਹੈ ਜੀ ਟਾਈਮ ਵੀ ਕੱਢਣਾ ਪੈਣਾ ਤੇ ਸ਼ੌਕ ਪਾਕਿਸਤਾਨ ਨਾਲ ਪਿਆ ਹੈ ਇੱਥੇ ਸ਼ੁਰੂ ਹੋਇਆ ਸ਼ੌਕ ਇੱਥੇ ਜੀ ਇੱਥੇ ਹਾਂ ਛੋਟਾ ਜਿਹਾ ਜਿੱਥੇ ਆ ਗਿਆ ਸੰਤ ਹੈ ਥੋੜੀ ਤਾਂ ਇੱਥੇ ਹੀ ਰਿਹਾ ਪਾਕਿਸਤਾਨ ਤੇ ਕਦੇ ਘੋੜੇ ਬੈਠੇ ਹੀ ਨਾ ਸੰਤ कोशिश अपना क्लब बनाए ब्रैडफोर्ड लजपाल क्लब ब्रैडफोर्ड बनाए घोड़े रखे टाइम घोड़िया ਅਸਾਂ ਯੰਗ ਆ ਜਾ ਲੱਗਨੇ ਹੋ ਅਲਹਮਦੁਲਿਲਾ ਜੀ ਚਲੋ ਠੀਕ ਆ ਜੀ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਆ ਬੜੇ ਜੀ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਇਨਸ਼ਾਅੱਲਾ ਫਿਰ ਵੀ ਕਰਾਂ ਮਿਲ ਸਕ ਅਸਾਂ ਕਿਹਨਾਂ ਜੀ ਸੋਣਾ जिला गुजरात पिंड ਕਸ਼ਮੀਰ
ਨੇਜ਼ਾ ਬਾਜ਼ੀ ਕਰਨੇ ਆ ਨੇਜ਼ਾ ਬਾਜ਼ੀ ਵਾਸਤੇ ਇੱਕ ਰੱਖੇ ਨੇ ਅੱਛਾ ਨੇਜ਼ਾ ਬਾਜ਼ੀ ਦਾ ਸਾਨੂੰ ਸ਼ੌਕ ਹੈ ਤੇ ਉਹ ਕਰਦੇ ਨੇ ਸਹੀ ਹੈ ਹਾਂਜੀ ਅਸਾਂ ਕਿਤੇ ਘੋੜੇ ਕਿਤੇ ਕਿਤੇ ਜਾ ਲੱਗਦਾ ਹੋਇਆ ਇਹਦਾ ਘੋੜਾ ਸ਼ਾਨ ਹੈ ਮਾਸ਼ਾਅੱਲਾ ਹੈ ਤੇ ਘੋੜੇ ਦੇ ਜਨਾਬ ਤੁਹਾਡਾ ਸ਼ਾਨ ਹੈ ਚਾਹਨ ਦੂਰ ਹੋ ਜਾ ਨਹੀਂ ਨਹੀਂ ਉਹ ਤਾਂ ਮੈਂ ਸਾਰੇ ਬੰਦੇ ਤੱਕ ਫਿਟਨੈਸ ਵਾਇਜ਼ ਬੰਦਿਆਂ ਦੀ ਸਿਹਤ ਬਿਲਕੁਲ ਠੀਕ ਹੈ ਬਿਲਕੁਲ ਵੈਸੇ ਤਾਂ ਇੱਥੇ ਬੰਦੇ ਖਾਈ ਖਾਈ ਬਰਗਰ ਦਾ ਜਾ ਘੋੜੇ ਦਾ ਆਪਣੇ ਸਵਾਦ ਹੈ ਆਪਣੇ ਕਿੰਨਾ ਪਏ ਜਾ ਘੋੜਾ ਚੰਗਾ ਸ਼ੌਕ ਹੈ ਜੀ ਘੋੜੇ ਦਾ ਮਾੜਾ ਨਹੀਂ ਹੈ ਬਹੁਤ ਅੱਛਾ ਸ਼ੌਕ ਹੈ ਮਾਸ਼ਾਅੱਲਾ ਨੇਜ਼ਾ ਬਾਜ਼ੀ ਨਾਲ ਮੁਕਾਬਲਾ ਸ਼ੁਰੂ ਹੋਣ ਲੱਗਾ ਹੋਇਆ ਘੋੜੇ ਵੀ ਤਿਆਰ ਨੇ ਨੇਜ਼ਾ ਵਿੱਚ ਆਇਆ ਮੁਕਾਬਲਾ ਥੋੜ੍ਹੀ ਪ੍ਰੈਕਟਿਸ ਕਰਨ ਪੈ ਲੱਗੇ ਆ ਲਿਓ ਜੀ ਅੱਜ ਅਸਾਂ ਆ ਗਏ ਹਾਂ ਫਾਰਮ 'ਤੇ ਬ੍ਰੈਡਫੋਰਡ ਲਾਜਪਾਲ ਕਲੱਬ ਹੈ ਇੱਥੇ ਅਤੇ ਆ ਕੇ ਅਸੀਂ ਗੱਲਬਾਤ ਕਰਦੇ ਹਾਂ ਭਾਈ ਨਸੀਰ ਨਾਲ ਯੂ ਕੇ 'ਚ ਵੀ ਇਹ ਸ਼ੌਂਕ ਇੰਨਾ ਰੱਖੇ ਆ ਅਸਾਂ ਪਾਕਿਸਤਾਨ ਦਾ ਕਲਚਰ ਅਜੇ ਜੇ ਇੰਨਾ ਜ਼ਿੰਦਾ ਰੱਖਿਆ ਤਾਂ ਬੜੀ ਖੁਸ਼ੀ ਹੋਈ ਹੈ ਤਾਂ ਆਇਆਂ ਤੱਕਦੇ ਹਾਂ ਅਤੇ ਇਹ ਭਾਈ ਨਸੀਰ ਅਸਲਾਮ ਅਲੈਕੁਮ ਭਾਈ ਨਸੀਰ ਕੀ ਹਾਲ ਹੈ ਸਿਹਤ ਠੀਕ ਹੈ ਭਾਈ ਨਸੀਰ ਕਿੱਥੇ ਦੇ ਹੋ ਪਾਕਿਸਤਾਨ ਮੈਂ ਜ਼ਿਲ੍ਹਾ ਮਦੀਨੇ ਦਾ ਜ਼ਿਲ੍ਹਾ ਮਦੀਨੇ ਦਾ ਕਿਤਨਾ ਅਰਸਾ ਹੋ ਗਿਆ ਤੁਹਾਨੂੰ ਇੱਥੇ ਆਏ ਮੈਨੂੰ 11 ਸਾਲ ਹੋ ਗਏ ਨਸਲ ਆ ਘੋੜਿਆਂ ਨੀ ਕੋਈ ਬਹੁਤ ਸਾਨੇ ਜਿਹੜੇ ਵਿਊਨ ਤੱਕਣ ਵਾਲੇ ਨਸਲ ਇੱਥੇ ਤੇ ਦੋ ਤਿੰਨ ਨਸਲਾਂ ਸਿਰਫ ਚੱਲਦੀਆਂ ਨੇ ਕਿ ਸਪੈਨਿਸ਼ ਘੋੜੇ ਜਿਹੜੇ ਇਹਨਾਂ ਦੀ ਜਿਹੜੀ ਬਰੀਡ ਹੈ ਇਹਨਾਂ ਦਾ ਨਹੀਂ ਪਤਾ ਸਾਨੂੰ ਲੇਕਿਨ ਸਪੈਨ ਤੋਂ ਮੰਗਾਉਂਦੇ ਹਾਂ ਦੱਸਾਂ ਸਪੈਨਿਸ਼ ਘੋੜਿਆਂ ਦੀ ਬੰਦਾ ਰੱਖੇ ਆ ਜਾਂ ਆਪੋ ਆਪਣੇ ਬੜਾ ਔਖਾ ਲਿਖਣਾ ਬਿਲਕੁਲ ਮੁਸ਼ਕਿਲ ਹੈ ਲੇਕਿਨ
ਇਹ ਹੈ ਵੀ ਸ਼ੌਕ ਹੈ ਸ਼ੌਕ ਵਾਸਤੇ ਕਰਨਾ ਪੈਂਦਾ ਕੁਝ ਦੋਸਤਾਂ ਨੇ ਜਿਹੜਾ ਰੱਖੇ ਨੇ ਫਾਰਮ ਵਿੱਚ ਉਹ ਫਾਰਮ ਵਾਲੇ ਸੰਭਾਲਦੇ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ 400-500 ਪਾਉਂਡ ਮੰਥਲੀ ਕੁਝ ਦੋਸਤ ਜਿਹੜੇ ਨੇ ਉਹਨਾਂ ਫਾਰਮ ਵਿੱਚ ਰੱਖੇ ਨੇ ਲੇਕਿਨ ਉਹ ਆਪ ਨੂੰ ਸੰਭਾਲਦੇ ਨੇ ਉਸਦਾ ਥੋੜ੍ਹੀ ਜਿਹੀ ਪ੍ਰਾਈਸ ਘੱਟ ਜਾਂਦੀ ਹੈ ਇਹ ਤੁਹਾਡਾ ਇਹਨਾਂ ਦਾ ਟੂਰਨਾਮੈਂਟ ਸ਼ਿਟ ਵੀ ਹੁੰਦਾ ਜਾਂ ਨੇਜ਼ਾ ਬਾਜ਼ੀ ਹੁੰਦੀ ਹੈ ਜਨਾਬ ਬਰਮਿੰਘਮ ਹੁੰਦੀ ਹੈ ਬ੍ਰੈਡਫੋਰਡ ਹੁੰਦੀ ਹੈ ਤੁਹਾਡਾ ਕਲੱਬ ਕੋਈ ਕਹੇ ਦਾ ਕੋਈ ਜਿੰਸ਼ੀ ਹੋਈ ਅਲਹਮਦੁਲਿਲਾਹ ਪਿਛਲੇ ਸਾਲ ਸੱਤ ਨੇਜ਼ਾ ਬਾਜ਼ੀਆਂ ਹੋਈਆਂ ਅੱਛਾ ਪਿਛਲੇ ਸਾਲ ਦਾ ਪੂਰੇ ਸਾਲ ਦਾ ਵਿਨਰ ਕਲੱਬ ਕ੍ਰਿਕਟ ਵੀ ਹੈ ਲੇਕਿਨ ਇਹ ਸ਼ੌਂਕ ਮੈਂ ਪਹਿਲੀ ਵਾਰੀ ਤੱਕਿਆ ਇੱਥੇ ਅਸੀਂ ਉੱਥੇ ਨੀ ਤੱਕਿਆ ਲੇਕਿਨ ਇਹ ਖੁਸ਼ੀ ਹੋਈ ਹੈ ਕਿ ਇੱਥੇ ਆਇਆ ਤੱਕ ਘੋੜੇ ਸਾਰੇ ਸਪੇਨ ਨੇ ਜਿਹਦਾ ਅਸੀਂ 18-20 ਸਾਲ ਰਹੇ ਹਾਂ ਅਸਲ ਵਜ੍ਹਾ ਇਹ ਹੈ ਕਿ ਅਲੀ ਵੈਦਰ ਜਿਹੜਾ ਨਾ ਠੰਡਾ ਨਾ ਜੀ ਜੀ ਉਸ ਨਾਲ ਥੋੜੇ ਜਿਹੇ ਓਪਨ ਨਹੀਂ ਹੋਏ ਸਾਰੇ ਅੱਛਾ ਕਮ ਅਜ਼ ਕਮ 4 ਕਲੱਬ ਜਿਹੜੇ ਨਾ ਅਲਹਮਦੁਲਿਲਾ ਸਾਡੇ ਜਿਸ ਤਰ੍ਹਾਂ ਥੋੜੀ ਗਰਮੀ ਹੋਈ ਥੋੜਾ ਮੌਸਮ ਠੀਕ ਹੋਇਆ ਇਨਸ਼ਾਅੱਲਾ ਫਿਰ ਬਹੁਤ ਸਾਰਾ ਤੁਹਾਨੂੰ ਤੇ ਘੋੜਿਆਂ ਦੀ ਠੰਡ ਜੀ ਕੋਈ ਫਰਕ ਨਹੀਂ ਪੈਣਾ ਵੈ ਕੋਈ ਜ਼ਿਆਦਾ ਕੇਅਰ ਕਰਨੀ ਪੈਣੀ ਹੈ ਜਾਂ ਕੇਅਰ ਕਰਨੀ ਪੈਂਦੀ ਹੈ ਲੇਕਿਨ ਇਹ ਸਾਡੇ ਘੋੜੇ ਅੰਦਰਾਂ ਜੋ ਹੁੰਦੇ ਨੇ ਇਹਨਾਂ ਦੇ ਸਪੈਸ਼ਲ ਇੱਕ ਕਮਰੇ ਬਣੇ ਕਿਉਂਕਿ ਇਹ ਘੋੜੇ ਕੋਲ ਸਪੈਨ ਜਿਹੜਾ ਮੈਂ ਆਪ ਉਸ ਸਪੈਨ ਤੋਂ ਆਇਆ ਸਪੈਨ ਜ਼ਿਆਦਾਤਰ ਹੁੰਦੀ ਹੈ ਗਰਮੀ ਜਾਂ ਜਾਂ ਤਾਂ ਇੱਥੇ ਵਾ ਚੰਗੀ ਬੜੀ ਠੰਡ ਜਿਹੜਾ ਪੁੱਛਣਾ ਕਿ ਜਿਹੜਾ ਇਸ ਵਜ੍ਹਾ ਸ਼ਹਿਰ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਹੈ ਜੀ ਇਹ ਤੱਕੀ ਦਾ ਇਹ ਕਲਚਰ ਅਸਾਂ ਪਾਕਿਸਤਾਨ ਹੀ ਤੱਕਣੇ ਸਾਂ ਤੇ ਇੱਥੇ ਅਸੀਂ ਜਿਹੜਾ ਦੂਰ ਸੱਤ ਸਮੁੰਦਰ ਦੂਰ ਇੱਥੇ ਤੱਕੀ ਦਾ ਬੜੀ ਖੁਸ਼ੀ ਹੋਈ ਹੈ ਤਾਂ ਚਲੋ ਠੀਕ ਹੈ ਜੀ ਵੀਡੀਓ ਕਰਨੇ ਐਂਡ ਤੇ ਇਨਸ਼ਾਅੱਲਾ ਇੱਕ ਕੋਈ ਨਵੀਂ ਵੀਡੀਓ ਲਾ ਮਿਲ ਸਾਂ ਤਾਂ ਇਸ ਵੀਡੀਓ ਕੀ ਲਾਈਕ ਕਰੇ ਸਬਸਕ੍ਰਾਈਬ ਕਰੇ ਤਾਂ ਅਗਰ ਤੁਸੀਂ ਇੱਥੇ ਅਸਣਾ ਜਾਣੇ ਹੋ ਕਲੱਬਾਂ ਕੀ ਤੱਕਣ ਵਾਸਤੇ ਤਾਂ ਅਸੀਂ ਮੋਸਟ ਵੈਲਕਮ ਕਰਦੇ ਜਿਹੜਾ ਮਰਜ਼ੀ ਅੱਛੋ ਕੋਈ ਮਸਲਾ ਨਹੀਂ ਹੈ ਭਾਈ ਨਸੀਲ ਨਾਲ ਰਾਬਤਾ ਕਰੋ ਜਾਂ ਅਸਾਂ ਨਾਲ ਰਾਬਤਾ ਕਰੋ ਤਾਂ ਇਨਸ਼ਾਅੱਲਾ ਫਿਰ ਕੋਈ ਨਵੀਂ ਵੀਡੀਓ ਨਾਲ ਸੁਣਾ ਮਿਲ ਸਕੇ ਅਸਲਾਮ ਵਾਲੇਕੁਮ